ਜਿੱਥਾ ਜਾਏ ਬਈਏ ਪਲਾ ਕੇਈਏ ਭਗਤ ਤੇਰੇ ਮਨ ਭਾਵਦੇ ਦਰਸੋਹਨ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਦਰ ਟੋ ਨ ਲੈਨੀ ਤਾਮਦੇ ਇਕ ਮੂਲ ਨੂ ਭੂਜਨ ਆਪਣਾ ਅਣਹੋਂਦਾ ਆਪ ਗਣਾਇੰਦੇ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾ ਐਂਦੇ ਤਿੰਨ ਮੰਗਾ ਜੇ ਤੁਜੇ ਤੇ ਆਇੰਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮਿੱਠੜੇ ਬਚਨ ਪਰਮੇਸ਼ਵਰ ਦੇ ਮਾਰਗ ਤੇ ਕਦਮ ਪੁੱਟਣ ਵਾਲੇ ਉਨ ਭਗਤ ਪਿਆਰਿਆਂ ਦੀ ਉਸਤਤ ਜੋ ਪਰਮੇਸ਼ਵਰ ਦੀ ਉਸਤਤ ਕਰਦੇ ਨੇ ਬਾਬਾ ਜੀ ਫਰਮਾਉਂਦੇ ਨੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਚਖ ਚਖ ਆਵੇਂ ਜਾਏ ਪਰਮੇਸ਼ਵਰ ਦੇ ਨਾਮ ਜਪਣ ਵਾਲੇ ਸੋਹਣੇ ਭਗਤ ਜਨ ਜਿਨ੍ਹਾਂ ਦੀ ਸਦਾ ਦਰਗਾਹ ਦੇ ਵਿੱਚ ਹਾਜ਼ਰੀ ਪ੍ਰਵਾਨ ਹੁੰਦੀ ਹੈ ਉੱਠਦੇ ਆਂ ਬੈਹਂਦੇ ਆਂ ਦੁਨਿਆਵੀ ਕਾਰਵਿਹਾਰ ਕਰਦੇ ਆਂ ਜਿਨ੍ਹਾਂ ਭਗਤ ਪਿਆਰਿਆਂ ਦੀ ਸੁਰਤ ਇੱਕ ਓੰਕਾਰ ਵਿੱਚ ਜੁੜੀ ਹੁੰਦੀ ਹੈ ਇਥੇ ਬਾਣੀ ਰੂਪ ਵਿੱਚ ਉਹਨਾਂ ਪਿਆਰਿਆਂ ਦਾ ਜ਼ਿਕਰ ਜਿਵੇਂ ਮਾਂ ਨੂੰ ਆਪਣੇ ਬਾਲ ਪਿਆਰੇ ਨੇ ਮਾਤਾ ਦੇ ਜਿੰਨੇ ਵੀ ਪੁੱਤਰ ਹੋਣ ਧੀਆ ਹੋਣ ਮਾਤਾ ਦੇ ਲਈ ਸਾਰੇ ਹੀ ਇੱਕੋ ਜਿਹੇ ਪਿਆਰੇ ਹੁੰਦੇ ਨੇ ਪਰਮੇਸ਼ਵਰ ਵੀ ਸਾਡਾ ਮਾਤ ਪਿਤਾ ਹੈ ਤੋਂ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਇਹ ਸਾਰਾ ਜਗਤ ਪਰਮੇਸ਼ਵਰ ਦਾ ਉਤਪੰਨ ਕੀਤਾ ਹੋਇਆ ਹੈ ਪੈਦਾ ਕੀਤਾ ਹੋਇਆ ਹੈ ਪਰ ਜੇ ਕਿਤੇ ਪਰਮੇਸ਼ਵਰ ਨੂੰ ਕੋ ਪੁੱਛੇ ਰੱਬ ਜੀ ਤੁਹਾਨੂੰ ਸਭ ਤੋਂ ਚੰਗੇ ਕੌਣ ਲੱਗਦੇ ਨੇ ਕਦੇ ਪੁੱਛੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਿਤਾ ਜੀ ਰੱਬ ਨੂੰ ਕੌਣ ਚੰਗੇ ਲੱਗਦੇ ਨੇ ਹੈ ਤਾਂ ਸਾਰੇ ਉਸੇ ਦੇ ਨੇ ਤੇ ਪਿਤਾ ਜੀ ਜਵਾਬ ਦਿੰਦੇ ਨੇ ਭਗਤ ਤੇਰੇ ਮਨ ਭਾਵਨ ਦੇ ਉਹ ਭਗਤ ਪਿਆਰੇ ਜਿਨ੍ਹਾਂ ਦਾ ਨਿਤਦਾ ਸੁਭਾ ਹੈ ਦਰਸੋਹਨ ਕੀਰਤ ਗਾਉਂਦੇ ਉਹ ਪ੍ਰਭੂ ਦੇ ਦਰ ਤੇ ਸੋਹਣੇ ਲੱਗਦੇ ਨੇ ਜੋ ਸਦਾ ਪਰਮੇਸ਼ਵਰ ਦੀ ਕੀਰਤੀ ਕਰਦੇ ਨੇ ਸਿਮਰਨ ਕਰਦੇ ਜਿਹੜੇ ਨਾਮ ਤੋਂ ਹੀਨੇ ਨੇ ਟੁੱਟੇ ਨੇ ਅਸਲ ਵਿੱਚ ਉਹ ਵਿਸਾਖ ਆਤੀ ਨੇ ਨਾਮ ਨਾਲ ਜਪੇ ਸੇ ਆਤਮ ਕਾਤੀ ਜੋ ਮਨੁੱਖ ਪਰਮੇਸ਼ਵਰ ਨੂੰ ਵਿਸਾਰ ਕੇ ਅਨ ਦੁਨੀਆਵੀ ਕਾਰਜਾਂ ਵਿੱਚ ਜੁਟਿਆ ਹੋਇਆ ਹੈ ਉਹਦਾ ਕਦੇ ਭਲਾ ਨਹੀਂ ਹੋ ਸਕਦਾ ਸਤਗੁਰੂ ਨੇ ਐਗਜ਼ੈਂਪਲ ਬੜੀ ਕਮਾਲ ਦੀ ਦਿੱਤੀ ਕਦੇ ਵਿਸਾਖ ਦੇ ਮਹੀਨੇ ਜੇਠ ਦੇ ਮਹੀਨੇ ਬਾਰ-ਬਾਰ ਛਾਤ ਪਰ ਕੇ ਵੇਖੀਏ ਨਾ ਤੇ ਹਰ ਪਾਸੇ ਉਜਾੜ ਦੇ ਵਿੱਚ ਅੱਕਾਂ ਦੇ ਬੂਟੇ ਹਰੇ ਹੋਏ ਦਿਸਦੇ ਆ ਡਾਲੀਆਂ ਦੇ ਨਾਲ ਕਿੰਨੀਆਂ ਸੋਹਣੀਆਂ ਅੰਬਾਖੜੀਆਂ ਲਗੀਆਂ ਨਜ਼ਰ ਆਉਂਦੀਆਂ ਨੇ ਤੇ ਨਿੱਕੇ ਨਿੱਕੇ ਬਾਲ ਉਹਨਾਂ ਅੰਬਾਖੜੀਆਂ ਨੂੰ ਅੰਬ ਸਮਝ ਕੇ ਬੜੇ ਸ਼ੌਂਕ ਨਾਲ ਅਕਦੀ ਡਾਲੀ ਤੋਂ ਤੋੜ ਲੈਂਦੇ ਸੱਚ ਤਾਂ ਇਹ ਹੈ ਉਹਨਾਂ ਅਬਾਖੜੀਆਂ ਦਾ ਸੁਹਪਣ ਉਹਨਾਂ ਹੀ ਚਿਰ ਸੀ ਜਿੰਨਾ ਚਿਰ ਉਹ ਡਾਲੀ ਦੇ ਨਾਲ ਲਗੀਆਂ ਹੋਈਆਂ ਸਨ ਡਾਲੀ ਦੇ ਗਲੋਂ ਟੁੱਟ ਕੇ ਉਹ ਤੁੰਬਾ ਤੁੰਬਾ ਹੋ ਜਾਂਦੀਆਂ ਹਨ ਹਵਾ ਦੇ ਤੱਤੇ ਬੁੱਲੇ ਉਹਨਾਂ ਤੁੰਬਿਆਂ ਨੂੰ ਉਡਾਈ ਫਿਰਦੇ ਹਨ ਅਖੀਰ ਕੰਡਾਲੀਆਂ ਵਾੜਾਂ ਦੇ ਵਿੱਚ ਅੜ ਕੇ ਉਹਨਾਂ ਅੰਬਖਣੀਆਂ ਦਾ ਆਪਾ ਮੁੱਕ ਜਾਂਦਾ ਹੈ ਰੋਲ ਜਾਂਦੀ ਆ ਸੱਚ ਤਾਂ ਇਹ ਹੈ ਮਨੁੱਖ ਦਾ ਆਪ ਵੀ ਤਾਂ ਤੱਕ ਹੀ ਸੁਹੱਪਣ ਨੂੰ ਮਾਰਦਾ ਜਦੋਂ ਤੱਕ ਉਹ ਪ੍ਰਭੂ ਰੂਪ ਡਾਲੀ ਦੇ ਗਲ ਲਗਾ ਰੰਦਾ ਉਸ ਜੀਵਨ ਡਾਲੀ ਨਾਲੋਂ ਟੁੱਟਿਆਂ ਦੁਨੀਆਂ ਦੇ ਅਨੇਕਾਂ ਚਿੰਤਾ ਛੋਰੇ ਇਸ ਜਿੰਨ ਨੂੰ ਕਮਜ਼ੋਰ ਕਰਕੇ ਤੁੰਬਾ ਤੁੰਬਾ ਕਰ ਦਿੰਦੇ ਆ ਪੰਚਮ ਪਾਤਸ਼ਾਹਾਂ ਤਾਂਸਰੀ ਗੁਰ ਅਰਜਨ ਦੇਵ ਜੀ ਨੇ ਮਨੁੱਖ ਦੇ ਏਸੇ ਹਾਲਾਤ ਨੂੰ ਬਿਆਨ ਕਰਦਿਆਂ ਇਹ ਸ਼ਬਦ ਉਚਾਰਨ ਕੀਤਾ ਕਿ ਜਿਵੇਂ ਅੱਕ ਦੇ ਗਲ ਲੰਗੀਆਂ ਅੰਬਾਖਣੀਆਂ ਵੇਖਣ ਵਿੱਚ ਸੋਹਣੀਆਂ ਦਿਸਦੀਆਂ ਹਨ ਇਸੇ ਤਰ੍ਹਾਂ ਮਨੁੱਖ ਦੀ ਜਿੰਦ ਦਾ ਹਾਲ ਹੈ ਡਾਲੋਂ ਟੁੱਟੀਆਂ ਖਖੜੀਆਂ ਤੁੰਬਾ ਤੁੰਬਾ ਹੋ ਜਾਂਦੀਆਂ ਹਨ ਪ੍ਰਭੂ ਨਾਲੋਂ ਵਿਛੜੀ ਇਨਸਾਨੀ ਜਿੰਦਵੀ ਹਜ਼ਾਰਾਂ ਫਿਕਰ ਫਾਕਿਆਂ ਦਾ ਸ਼ਿਕਾਰ ਹੋ ਜਾਂਦੀ ਹੈ। ਬਾਬਾ ਜੀ ਫਰਮਾਉਂਦੇ ਨੇ ਖਖੜੀਆਂ ਸੁਹਾਵੀਆਂ ਲਗੜੀਆਂ ਅਕ ਕੰਠ ਬਿਰਹ ਵਿਛੋਹਾ ਧਣੀ ਸਿਓ ਨਾਨਕ ਸੈ ਸੈ ਗੰਠ ਵਿਸਾਰੇਂਦੇ ਮਰ ਗਏ ਮਰ ਬਿਨ ਨ ਸਕਿਆ ਮੂਲ ਬੇਮੁਖ ਹੋਏ RAM ਤੇ ਜੋ ਤਸਕਰ ਉਪਰ ਸੂਲ ਪ੍ਰਭੂ ਪਰਮਾਤਮਾ ਤੋਂ ਜੀਵਨ ਦਾਤੇ ਤੋਂ ਬੇਮੁਖ ਹੋ ਕੇ ਇਓ ਸਜ਼ਾ ਭੁਗਤਣੀ ਪੈਂਦੀ ਏ ਜਿਵੇਂ ਤਸਕਰ ਚੋਰ ਠੱਗ ਕੁੜਿਆਰ ਸੂਲੀ ਤੇ ਚੜੇ ਜਾਂਦੇ ਨੇ ਪਰਮੇਸ਼ਵਰ ਦੇ ਨਾਮ ਦੀ ਬਰਕਤ ਸਿਮਰਨ ਦੀ ਬਰਕਤ ਮਨੁੱਖ ਨੂੰ ਇਹਨਾ ਤਤਿਆਂ ਝੋਲਿਆਂ ਤੋਂ ਬਚਾ ਸਕਦੀ ਹੈ। ਬਾਬਾ ਜੀ ਦਾ ਫਰਮਾਨ ਹੈ। ਤਾਤੀ ਵਾਵਨਾ ਲੱਗ ਗਈ ਪਾਰ ਬ੍ਰਹਮ ਸਰਣਾਈ। ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ। ਸਤਗੁਰੂ ਪੂਰਾ ਭੇਟਿਆ ਜਿਨ ਬੰਨਤ ਬਣਾਈ। ਰਾਮ ਨਾਮ ਔਖਦ ਦਿਆ ਏਕਾਲੇ ਬਲਾਈ ਰੱਖ ਲੀਏ ਤਿੰਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਗੁਰੂ ਦੀ ਕਿਰਪਾ ਹੋਵੇ ਖੇੜ ਤਾਂ ਬਣਦੀ ਏ ਰੱਬ ਜੀ ਤਾਂ ਸਹਾਈ ਹੁੰਦੇ ਨੇ ਜਦੋਂ ਗੁਰੂ ਪੂਰੇ ਦੀ ਕਿਰਪਾ ਦਾ ਪਾਤਰ ਬਣਿਆ ਜਾ ਸਕੇ ਗੁਰਬਾਣੀ ਦੇ ਵਿੱਚ ਇਸੇ ਲਈ ਬਾਰ ਬਾਰ ਕਿਰਪਾ ਦਾ ਦਾਨ ਮੰਗਣ ਦਾ ਚੱਜ ਗੁਰੂ ਸਾਹਿਬ ਨੇ ਦਰਸਾਇਆ ਕਿਤੇ ਕਿਰਪਾ ਦੇ ਪਾਤਰ ਤਾਂ ਬਣ ਜਾਈਏ ਪਰਮੇਸ਼ਵਰ ਦੇ ਨਾਮ ਵਿੱਚ ਗੜੁਚ ਗੁਰਸਿੱਖ ਪਿਆਰੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੇ ਨਿਤਨੇਮ ਨੂੰ ਨਹੀਂ ਵਿਸਾਰਿਆ ਅੱਜ ਵੀ ਐਸੇ ਗੁਰਸਿੱਖ ਪਿਆਰੇ ਮੌਜੂਦ ਨੇ ਜੋ ਅੰਮ੍ਰਿਤ ਵੇਲੇ ਆਪਣੇ ਸਰੀਰ ਦੀ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਜੁੜਦੇ ਨੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਤਰ ਕੇ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਵਿੱਚ ਇੱਕਮਿਕ ਹੋਣ ਦਾ ਯਤਨ ਕਰਦੇ ਨੇ ਪੰਜ ਬਾਣੀਆਂ ਦਾ ਨਿਤਨੇਮ ਜਿਨ੍ਹਾਂ ਦੇ ਜੀਵਨ ਦੀ ਖੁਰਾਕ ਹੈ ਗੁਰਸਿੱਖ ਘਟੋ ਘਟ ਪੰਜ ਬਾਣੀਆਂ ਦਾ ਨਿਤਨੇਮ ਜ਼ਰੂਰ ਕਰੇ ਇਸ ਤੋਂ ਵੱਧ ਬਾਣੀ ਪੜਨੀ ਵੱਧ ਲਾਹ ਲੈਣ ਵਾਲੀ ਗੱਲ ਹੈ ਉਹ ਗੁਰਸਿੱਖ ਕੀ ਹੋਇਆ ਜਿਹਦੇ ਪੱਲੇ ਨਿਤਨੇਮ ਦਾ ਧੰਨ ਨਾ ਹੋਵੇ ਪੇਖੀ ਤਾਂ ਹੋ ਸਕਦਾ ਹੈ ਮੂਰਖ ਵੀ ਹੋ ਸਕਦਾ ਹੈ ਪਰ ਗੁਰੂ ਦਾ ਸਿੱਖ ਨੇਮ ਤੋਂ ਵੀ ਹੂਣਾ ਕਾਹਦਾ ਸਿੱਖ ਹੋਇਆ ਸਿੱਖ ਤਾਂ ਉਹ ਹੈ ਜੋ ਅੰਮ੍ਰਿਤ ਵੇਲੇ ਜਲ ਪਾਣੀ ਛਕਣ ਤੋਂ ਪਹਿਲਾਂ ਨਿਤਨੇਮ ਦਾ ਚੋਲਾ ਧਾਰਨ ਕਰੇ ਬਾਣੀ ਦਾ ਬਾਣਾ ਪਹਿਨੇ ਤਨਨੇ ਗੁਰਸਿੱਖ ਪਿਆਰੇ ਸਭ ਦੀ ਆਪੋ ਆਪਣੀ ਅਵਸਥਾ ਆਪੋ ਆਪਣੀ ਥਾਂ ਮੁਬਾਰਕ ਇੱਕ ਜ਼ਿਕਰ ਕਰਾਂ ਕਿਰਪਾ ਕੀ ਗੁਰੂ ਦੇ ਪਿਆਰੇ ਸਿੱਖ ਸਦਾ ਨਾਮ ਦੇ ਵਿੱਚ ਰੰਗੀ ਰਹਿਣ ਵਾਲੀ ਰੂਹ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਲੱਖਾਂ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਸੰਗਤ ਵਿੱਚ ਬੈਠੇ ਰੱਬ ਦੀਆਂ ਬਾਤਾਂ ਪਾ ਰਹੇ ਨੇ ਇੱਕ ਸਿੱਖ ਜਿਨੇ ਆਣ ਫਤਿਹ ਬੁਲਾਈ ਆਖਣ ਲੱਗਾ ਜੀ بڑے ਸਿਰ ਤੋਂ ਇੱਕ ਸਵਾਲ ਜੋ ਅੰਦਰੋਂ ਅੰਦਰ ਕਈ ਪ੍ਰਕਾਰ ਦੇ ਹੋਰ ਸਵਾਲ ਪੈਦਾ ਕਰਦਾ ਹੈ ਜਵਾਬ ਨਹੀਂ ਮਿਲਿਆ ਕਿਰਪਾ ਕਰੋ ਤੇ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਗੁਰੂ ਕਾ ਸਿੱਖ ਮੁਸਕਰਾਇਆ ਪੁੱਛ ਭਾਈ ਕੀ ਪੁੱਛਣਾ ਚਾਹਨ ਕ ਸਿੱਖ ਨੇ ਪੁੱਛਿਆ ਇਹ ਦੱਸੋ ਨਾ ਕਰਮ ਵੱਡੇ ਨੇ ਜਾਂ ਭਗਤੀ ਵੱਡੀ ਸਤਸੰਗੀਆਂ ਸਵਾਲ ਬੜਾ ਡੂੰਘਾ ਹੈ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜਿਆਂ ਇਹ ਗੱਲ ਸਮਝ ਆਉਂਦੀ ਏ ਕਿ ਜੀਵਨ ਦੀ ਸਾਰੀ ਖੇਡ ਕਰਮਾਂ ਤੇ ਖੜੀ ਜਿਹੇ ਕਰਮ ਕਮਾਏ ਤੇਹਾ ਹੋਈ ਸੀ। ਬਾਬਾ ਜੀ ਬਾਰ ਬਾਰ ਫਰਮਾਉਂਦੇ ਨੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਦੇ ਪੰਚਮ ਪਾਸ਼ਾ ਦੀ ਪਾਵਨ ਬਾਣੀ 12 ਮਾ ਮਾਜ ਪੜੀਏ ਨਾ ਤੇ ਆਰੰਭਤਾ ਕਿੱਥੋਂ ਹੁੰਦੀ ਏ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਭਰਮੇ ਥਕ ਆਏ ਪ੍ਰਭ ਕੀ ਥਾਮ ਖੇੜ ਕਰਮਾ ਦੀ ਸਤਿਗੁਰੂ ਬਾਰ ਬਾਰ ਇਹ ਗੱਲ ਸਮਝਾਉਂਦੇ ਨੇ ਕਿ ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹਾ ਫਲ ਪ੍ਰਾਪਤ ਹੋਵੇਗਾ ਜੇ ਸਤਗੁਰਾਂ ਦੀ ਬਾਣੀ ਪੜ੍ਹੀਏ ਤਾਂ ਇਹ ਗੱਲ ਸਮਝ ਆਉਂਦੀ ਹੈ ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ ਹੰਡਾ ਉਹਨ ਕਤਾਇੰਦਾ ਪੈਂਦਾ ਲੋੜੈ ਪੱਟ ਜੋ ਬੀਜਿਆ ਉਹੀ ਵੜਣਾ ਪੈੜਾ ਹੁਣ ਗੁਰਬਾਣੀ ਦਾ ਬਾਰ ਬਾਰ ਕਰਮਾਂ ਦੀ ਗੱਲ ਕਰ ਰਹੀ ਹੈ ਕਰਮਾਂ ਦੀ ਖੇਤੀ ਦੀ ਗੱਲ ਕਰਦੀ ਹੈ ਸਤਿਗੁਰੂ ਬਾਰ ਬਾਰ ਸਮਝਾਉਂਦੇ ਨੇ ਸਵਾਲ ਬੜਾ ਕੀਮਤੀ ਹੈ ਕਰਮ ਵੱਡੇ ਜਾਂ ਭਗਤੀ ਹੁਣ ਜੇ ਭਗਤੀ ਦੀ ਗੱਲ ਕਰਾਂ ਤੇ ਸਤਸੰਗੀਓ ਸਤਿਗੁਰਾਂ ਦੀ ਸਮੁੱਚੀ ਬਾਣੀ ਕੇਵਲ ਭਗਤੀ ਨੂੰ ਢੀੜ ਕਰਵਾਉਂਦੀ ਜਿੱਥੋਂ ਅੱਜ ਦੀ ਵਿਚਾਰ ਆਰੰਭ ਹੋਈ ਭਗਤ ਤੇਰੇ ਮਨ ਪਾਉਂਦੇ ਦਰਸੋ ਹੰਕੀਰਤ ਗਾਉਂਦੇ ਜੇ ਭਗਤੀ ਦੀ ਗੱਲ ਕਰਾਂ ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਯਾ ਰਾਮ ਰਾਜੇ ਹੁਣ ਸਵਾਲ ਫੇਰ ਉੱਥੇ ਹੀ ਕਰਮ ਵੱਡੇ ਨੇ ਜਾਂ ਭਗਤੀ ਵੱਡੀ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਸਤਗੁਰਾਂ ਨੇ ਆਪਣੇ ਦਸਾਂ ਜਾਮਿਆਂ ਦੇ ਵਿੱਚ ਵਿਚਰਦਿਆਂ ਲੱਖਾਂ ਪ੍ਰਾਣੀਆਂ ਨੂੰ دیدار ਬਖਸ਼ੇ ਲਖਾ ਨੇ ਸਤਗੁਰਾਂ ਦੀ ਸੰਗਤ ਕੀਤੀ ਸਤਗੁਰਾਂ ਦੇ ਚਰਨ ਪਰ ਸੇ। 타타 ਤੇ ਸਤਗੁਰਾਂ ਨੇ ਯਾਤਰਾ ਕੀਤੀ ਜਗਤ ਜਲੰਦੇ ਨੂੰ ਨਾਮ ਦੇ ਛੱਟੇ ਵਰਤਾਏ। ਇੱਕ ਪਰਮਾਤਮਾ ਨਾਲ ਜੋੜਿਆ। ਪਰ ਸਤਗੁਰਾਂ ਨੇ ਬੀੜ ਦੀ ਸੰਪਾਦਨਾ ਕਰਨ ਸਮੇਂ ਜਦੋਂ ਸਮੁੱਚੀ ਬਾਣੀ ਇਕੱਤਰ ਕਰਕੇ ਇੱਕ ਥਾਂ ਤੇ ਰਾਗਾਂ ਦੇ ਅਨੁਸਾਰ ਤਰਤੀਬ ਵਾਰ ਪਾਈ ਗੁਰਦਾਸ ਜੀ ਤੋਂ ਸੇਵਾ ਲਈ ਹੁਣ ਇੱਕ ਗੱਲ ਵਿਚਾਰਨ ਵਾਲੀ ਹੈ ਸਮੁੱਚੀ ਬਾਣੀ ਦੇ ਵਿੱਚ ਕਿਸੇ ਲਖਪਤੀ ਦੀ ਜਾਂ ਕਰੋੜਪਤੀ ਦੀ ਉਪਮਾ ਨਹੀਂ ਕਿਸੇ ਸੈਨਾਪਤੀ ਦੀ ਕਿਸੇ ਭੂਪਤੀ ਦੀ ਉਪਮਾ ਨਹੀਂ ਕਿਸੇ ਚੌਧਰੀ ਸਿਕਦਾਰ ਔਲੀਏ ਕਿਸੇ ਰਾਜੇ ਦੀ ਉਪਮਾ ਨਹੀਂ ਇਹ ਸੱਚੇ ਪਾਤਸ਼ਾਹ ਨੇ ਉਸਤਤ ਕੀਤੀ ਹੈ ਤੇ ਕੇਵਲ ਨਾਮ ਜਪਣ ਵਾਲਿਆਂ ਦੀ ਕੀਤੀ ਹੈ ਭਗਤ ਪਿਆਰਿਆਂ ਦੀ ਉਸਤਤ ਕੀਤੀ ਹੈ ਭਗਤ ਪਿਆਰਿਆਂ ਨੂੰ ਆਪਣੇ ਸਰੂਪ ਵਿੱਚ ਥਾਂ ਬਖਸ਼ੀ ਕੈਸੀ ਅश्चर्यਜ ਬਾਤ ਹੈ ਗੁਰੂ ਸਾਹਿਬ ਨੂੰ ਭਗਤ ਕਿੰਨੇ ਪਿਆਰੇ ਹੋਣਗੇ ਜੋ ਪ੍ਰਮਾਤਮਾ ਦੇ ਨਾਮ ਦਾ ਓਟ ਅਸਰਾ ਲੈ ਕੇ ਸਾਰੇ ਜਗਤ ਵਿੱਚ ਸੱਚ ਨੂੰ ਵਰਤਾਉਂਦੇ ਨੇ ਪਰ ਧਿਆਨ ਰੱਖਣਾ ਭਗਤੀ ਤਾਂ ਹਰਨਾਕਸ਼ ਨੇ ਵੀ ਬੜੀ ਕੀਤੀ ਪ੍ਰਹਲਾਦ ਦਾ ਪਿਤਾ ਦਾਸ ਨੂੰ ਉਹ ਥਾਂ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਦੋਂ ਕਥਾ ਦੀ ਸੇਵਾ ਲਈ ਪਾਕਿਸਤਾਨ ਪਹਿਲੀ ਵਾਰ ਗਏ ਮਲਤਾਨ ਦਾ ਉਹ ਇਲਾਕਾ ਜਿੱਥੇ ਭਗਤ ਪ੍ਰਲਾਦ ਦੀ ਯਾਦ ਵਿੱਚ ਅਸਥਾਨ ਬਣਿਆ ਭਗਤ ਪ੍ਰਲਾਦ ਦਾ ਪਿਤਾ ਹਰਨਾਖਸ਼ ਭਗਤੀ ਤਾਂ ਬਹੁਤ ਕੀਤੀ ਦੇਵੀ ਦੇਵਤੇ ਪ੍ਰਸੰਨ ਕਰਕੇ ਕਈ ਪ੍ਰਕਾਰ ਦੇ ਵਰ ਪ੍ਰਾਪਤ ਕਰ ਲਏ ਅਖੀਰ ਭਗਤੀ ਦਾ ਹੰਕਾਰ ਹੋ ਗਿਆ ਬਾਣੀ ਨੇ ਹਰਨਾਖਸ਼ ਨੂੰ ਕੀ ਕਹਿ ਕੇ ਪੁਕਾਰਿਆ ਜਦੋਂ ਪੜਦੇ ਆ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪਰ ਹਲਾਤ ਤਰਾਇਆ ਭਗਤੀ ਦਾ ਬੜੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਹਰਨਾਕਸ਼ ਨੂੰ ਦੁਸ਼ਟ ਦੀ ਉਪਮਾ ਦਿੰਦੇ ਨੇ ਦੁਸ਼ਟ ਕਹਿ ਕੇ ਪੁਕਾਰਦੇ ਨੇ ਦੂਜੇ ਪਾਸੇ ਜੇ ਰਾਵਣ ਦੀ ਗੱਲ ਕਰੀਏ ਭਗਤੀ ਰਾਵਣ ਨੇ ਵੀ ਬੜੀ ਕੀਤੀ ਆਪਣੇ ਸਮੇ ਦਾ ਸਭ ਤੋਂ ਵੱਡਾ ਵਿਦਵਾਨ ਗਿਆਤਾ ਸਭ ਤੋਂ ਉੱਚੀ ਕੁਲ ਦਾ ਬ੍ਰਾਹਮਣ 92 ਬਹੁਤ ਹੈ ਰਾਜ ਵੀ ਵਿਸ਼ਾਲ ਹੈ ਪਰ ਗੁਰਬਾਣੀ ਨੇ ਕੀ ਕਹਿ ਕੇ ਪੁਕਾਰਿਆ ਲੰਕਾ ਗੜ੍ਹ ਸੋਇਨੇ ਕਾ ਭਯਾ ਮੂਰਖ ਰਾਵਣ ਕਿਆ ਲੈ ਗਿਆ ਰਾਵਣ ਨੂੰ ਮੂਰਖਿਆ ਕੇ ਪੁਕਾਰਿਆ ਭਗਤੀ ਹਰਨਾਕਸ਼ ਦੀ ਵੀ ਬੜੀ ਹੈ ਤੇ ਭਗਤੀ ਰਾਵਣ ਦੀ ਵੀ ਘੱਟ ਨਹੀਂ ਹਰਨਾਕਸ਼ ਨੂੰ ਦੁਸ਼ਟ ਆਖਿਆ ਤੇ ਰਾਵਣ ਨੂੰ ਮੂਰਖ ਆਖਿਆ ਜਦੋਂ ਸਿੱਖ ਨੇ ਸਵਾਲ ਪੁੱਛਿਆ ਮੈਨੂੰ ਕਿਰਪਾ ਕਰਕੇ ਦੱਸੋ ਕਰਮ ਵੱਡੇ ਨੇ ਜਾਂ ਭਗਤੀ ਵੱਡੀ ਹੈ ਤੇ ਮਹਾਂਪੁਰਸ਼ਾਂ ਨੇ ਬਚਨ ਕੀਤਾ ਨਾ ਕਰਮ ਵੱਡੇ ਨੇ ਨਾ ਭਗਤੀ ਵੱਡੀ ਹੈ ਸਭ ਤੋਂ ਵੱਡੀ ਹੈ ਗੁਰਨਾਨਕ ਦੀ ਨਦਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਦਰ ਕਹਿ ਲੋ ਕਿਰਪਾ ਕਹਿ ਲਓ ਮਿਹਰ ਕਹਿ ਲਓ ਮਿਹਰਾਮਤ ਕਹਿ ਲਓ ਦਇਆ ਕਹਿ ਲਓ ਅਸੀਸ ਕਹਿ ਲਓ ਇੱਕੋ ਬਾਤ ਹੈ ਜੇ ਕਿਸੇ ਪਾਸ ਨਿਤਨੇਮ ਦੀ ਦਾਤ ਹੈ ਤਾਂ ਇਹ ਵੀ ਗੁਰੂ ਨਾਨਕ ਦੀ ਨਦਰ ਹੈ ਜੇ ਕਿਸੇ ਪਾਸ ਦੁਨਿਆਵੀ ਚੌਧਰ ਤਨ ਮਾਲ ਆਦਿਕ ਬਹੁਤ ਹੈ ਤਾਂ ਇਹ ਵੀ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੈ ਇਹਨੂੰ ਆਪਣਾ ਨਾ ਜਾਣੀਏ ਜੋ ਕਿਛ ਹੈ ਸੋ ਤੇਰਾ ਇਸ ਭਵਨਾ ਦੇ ਨਾਲ ਜੀਵਨ ਜੀਉਣਾ ਸੋ ਗਲ ਤਾਂ ਸਿਰਫ ਇੰਨੀ ਹੈ ਕਿ ਜਦੋਂ ਗੁਰੂ ਤੋਂ ਗੁਰੂ ਦੀ ਕਿਰਪਾ ਮੰਗ ਲਈਏ ਨਾ ਤੇ ਲੋਕ ਪਰਲੋਕ ਸੁਹੇਲੇ ਹੁੰਦੇ ਨੇ ਤਾਂ ਮੰਗਿਆਂ ਦੁਨੀਆ ਦੇ ਵਿੱਚ ਕੁਝ ਸਮੇਂ ਦਾ ਆਦਰ ਤਾਂ ਮਿਲਦਾ ਪਰ ਸਦੀਵੀ ਆਦਰ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ। ਦੁਨਿਆਵੀ ਚਾਉਧਰ ਜੋ ਮਨੁੱਖ ਦੇ ਹੰਕਾਰ ਦਾ ਮੂਲ ਕਾਰਨ ਬਣ ਜਾਂਦੀ ਹੈ। ਅਸਲ ਵਿੱਚ ਇਹ ਚਾਉਧਰ ਜੇ ਗੁਰੂ ਦੀ ਕਿਰਪਾ ਵਾਲੀ ਹੋਵੇ ਤੇ ਚਾਉਧਰ ਵਿੱਚੋਂ ਵੀ ਹੰਕਾਰ ਨਹੀਂ ਸਗੋਂ ਸਮਾਜ ਦੀ ਸੇਵਾ ਦਾ ਚਾਅ ਉਤਪੰਨ ਹੁੰਦਾ ਹੈ। ਸੋ ਯਤਨ ਕਰੀਏ ਗੁਰੂ ਦੀ ਕਿਰਪਾ ਦੇ ਪਾਤਰ ਬਣੀ ਹੈ ਤੇ ਸਤਗੁਰਾਂ ਨੇ ਬਾਣੀ ਵਿੱਚ ਵੀ ਬਾਰੰਬਾਰ ਕਿਰਪਾ ਦੀ ਜਾਂਚਨਾ ਕਰਨ ਦਾ ਚੱਜ ਦਰਸਾਇਆ ਹੈ ਇਹ ਮੰਗ ਮੰਗੀ ਜੇ ਸਤ ਸੰਗਤ ਵਿੱਚ ਆਏ ਆ ਮੇਰੀ ਵਡਿਆਈ ਨਹੀਂ ਪਰਮੇਸ਼ਵਰ ਦੀ ਕਿਰਪਾ ਤੋਂ ਬਿਨਾਂ ਕਿਵੇਂ ਸੰਭਵ ਹੋ ਸਕਦਾ ਹੈ ਇਹ ਤਾਂ ਕਿਰਪਾ ਵਰਤੀ ਵਾਹਿਗੁਰੂ ਦੀ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹ ਕਾਜ ਤੁਮ ਆਪ ਕੀਓ ਕਦੇ ਸਮਾਂ ਬਣਿਆ ਤੇ ਸਤਗੁਰੂ ਦੀਨदयाल ਦੀ ਬਖਸ਼ਿਸ਼ ਸਦਕਾ ਕਿਰਪਾ ਦੇ ਤਿੰਨ ਅੱਖਰਾਂ ਦੀ ਵਿਚਾਰ ਕ ਕ ਰ ਰ ਪ ਪ ਕਿਰਪਾ ਹੈ ਕੀ ਕਿਰਪਾ ਪ੍ਰਾਪਤ ਕਿਵੇਂ ਹੁੰਦੀ ਹੈ ਜਿਨ੍ਹਾਂ ਤੇ ਕਿਰਪਾ ਹੋ ਜਾਵੇ ਉਹਨਾਂ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ ਇਹ ਡੂੰਗੀਆਂ ਵਿਚਾਰਾਂ ਇੱਕ ਵੱਖਰਾ ਟੌਪਿਕ ਹੈ ਫਿਰ ਕਦੇ ਇਹ ਸਾਂਝ ਪਾਉਣ ਦਾ ਯਤਨ ਕਰੇਗਾ ਦਾਸ ਅੱਜ ਜੋ ਇੱਕ ਨਵਾਂ ਟੌਪਿਕ ਪਿਛਲੇ ਦਿਨੀ ਸ਼ੁਰੂ ਹੋਇਆ ਆਰੰਭ ਹੋਇਆ ਸਿਮਰਨ ਕੀ ਹੈ ਆਖਰ ਮਨੁੱਖ ਨੂੰ ਸਿਮਰਨ ਦੀ ਲੋੜ ਕਿਉਂ ਹੈ ਇਸ ਵਿਚਾਰ ਨੂੰ ਸਿਮਰਨ ਦੀਆਂ ਬਰਕਤਾਂ ਨੂੰ ਗੁਰਬਾਣੀ ਦੇ ਆਸ਼ੇ ਅਨੁਸਾਰ ਆਪ ਸਾਰਿਆਂ ਨਾਲ ਸਾਂਝ ਪਾ ਸਕਾਂ ਇੱਕ ਯਤਨ ਅਰੰਭ ਕੀਤਾ ਹੈ ਸੋ ਗੁਰੂ ਦੀ ਕਿਰਪਾ ਦੇ ਪਾਤਰ ਬਣੀ ਹੈ ਜਦੋਂ ਪੰਥਕ ਅਰਦਾਸ ਦੇ ਵਿੱਚ ਸ਼ਾਮਲ ਹੁੰਨੇ ਹਨ ਤੇ ਸਹਿਜ ਸਵੇਰ ਅਰਦਾਸ ਤੋਂ ਪਹਿਲਾਂ ਇੱਕ ਸ਼ਬਦ ਪੜਿਆ ਜਾਂਦਾ ਹੈ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ 14ਵੀਂ ਅਸ਼ਟਪਦੀ ਦਾ 8ਵਾਂ ਪਦਾ ਜੇ ਧਿਆਨ ਨਾਲ ਪੜੋ ਤੇ ਇਸ ਪਾਵਨ ਪਦੇ ਦੇ ਵਿੱਚ ਵੀ ਕਿਰਪਾ ਦੀ ਜਾਚਨਾ ਹੈ ਕਿਰਪਾ ਦੀ ਮੰਗ ਹੈ ਪਰ ਕਿਰਪਾ ਦੀ ਪ੍ਰਾਪਤੀ ਕਦੋਂ ਹੋਣੀ ਹੈ ਪਹਿਲੀਆਂ ਪੰਕਤਾਂ ਦੀ ਵਿਚਾਰ ਗੁਰੂ ਨੂੰ ਆਪਣਾ ਮਾਤ ਪਿਤਾ ਜਾਣ ਕੇ ਆਪ ਉਸ ਦੇ ਬੱਚੇ ਬਣ ਜਾਈਏ ਤੂੰ ਠਾਕੁਰ ਤੁਮpeh ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਇਹ ਸਰੀਰ ਇਹ ਜਾਨ ਇਹ ਜੀਵਨ ਇਹ ਪਰਿਵਾਰ ਇਹ ਸੰਸਾਰ ਪਰਮਾਤਮਾ ਦਾ ਬਖਸ਼ਿਆ ਹੋਇਆ ਬਾਗ ਪਰਵਾਰ ਸਭ ਉਸੇ ਦਾ ਹੈ ਫੇਰ ਜਾਚਨਾ ਕਰਨੀ ਤੂੰ ਮਾਤ ਪਿਤਾ ਹੰਭਾਰ ਤੇਰੇ ਜਦੋਂ ਇਹ ਭਾਵਨਾ ਬਣੇ ਫੇਰ ਖੇੜ ਬਣੇਗੀ ਤੁਮਰੀ ਕਿਰਪਾ ਮੈਂ ਸੁਖ ਨੇਰੇ ਤੇਰੀ ਕਿਰਪਾ ਪ੍ਰਾਪਤ ਹੋਵੇ ਏ ਸਤਗੁਰੂ ਬਖਸ਼ਿਸ਼ ਕਰੋ ਤੁਹਾਡੀ ਕਿਰਪਾ ਦਾ ਪਾਤਰ ਬਣ ਸਕਾਂ ਕਿਉਂਕਿ ਤੇਰੀ ਕਿਰਪਾ ਦੇ ਵਿੱਚ ਹੀ ਸੁਖ ਨੇ ਤੁਜ ਤੇ ਨਿਕਸੀ ਫੂਟ ਮਰਾ ਤੇਰੀ ਕਿਰਪਾ ਤੋਂ ਬਿਨਾ ਤਾਂ ਦੁੱਖ ਹੀ ਦੁੱਖ ਨੇ ਕੇਵਲ ਝੌਲੇ ਤੇ ਭਲੇਖੇ ਨੇ ਸੰਸਾਰ ਦੇ ਵਿੱਚ ਮਨੁੱਖ ਦੇ ਕੱਖ ਨਹੀਂ ਪੱਲੇ ਜੇ ਕਿਰਪਾ ਦੀ ਦਾਤ ਨਾ ਹੋਵੇ ਸਤਗੁਰੂ ਅਪਸ਼ਿਸ਼ ਕਰਦ ਕਿਤੇ ਇਹ ਕਿਰਪਾ ਵਡਮੁਲੀ ਦਾਤ ਮੰਗਣ ਦੀ ਜਾਚ ਤੇ ਸੰਭਾਲਣ ਦੀ ਜਾਚ ਗੁਰਸਿੱਖ ਦੇ ਜੀਵਨ ਵਿੱਚ ਪ੍ਰਗਟ ਹੋ ਜਾਵੇ ਮੰਗਨੇ ਆ ਨਾ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ जिथा जाए बैया पला